हाय 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 मंगा लेके गल करेंगे रेंगो चक्का जाम करेंगे मंगा लेके गल करेंगे रेंगो चक्का जाम करेंगे मांग मांग के देख लिया जोर जमा के देखांगे मांग मांग के देख लिया जोर जमा के देखांगे आवाज दो आमीन आवाज दो आमीन अच्छे मुलाजम पक्के करो पक्के करो पक्के करो मंगा पिछले लंबे समय तो ਤਕਰੀਬਨ 13-14 ਸਾਲ ਤੋਂ ਲਟਕ ਰਹੀਆਂ ਜਿਹਦੇ 'ਚ ਮੇਨ ਮੰਗ ਹੈਗੀ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਬਾਰੇ ਰਿਪੋਰਟਾਂ ਦੇ ਜਿਹੜੇ ਕੱਢੇ ਗਏ ਆ ਮੁਲਾਜ਼ਮ ਉਹਨਾਂ ਨੂੰ ਇੱਕ ਮੌਕਾ ਦਿੰਦੇ ਹੋਏ ਡਿਊਟੀ 'ਤੇ ਬਹਾਲ ਕਰਨ ਬਾਰੇ ਜਾਂ ਜਿਹੜਾ ਡਰਾਈਵਰ ਅਤੇ ਡਰਾਈਵਰਾਂ ਦਾ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਇੱਕ ਲਾਗੂ ਕੀਤਾ ਨਵਾਂ ਸਜ਼ਾ ਵਾਲਾ ਜਾਂ ਜੁਰਮਾਨੇ ਵਾਲਾ ਉਹਨਾਂ ਦੀ ਵਿਰੋਧਤਾ ਕਰਕੇ ਜਿਹੜੀਆਂ ਇਹ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਜਿਵੇਂ ਅੱਜ ਦੀਆਂ ਗੇਟ ਰੈਲੀਆਂ ਦਾ ਪ੍ਰੋਗਰਾਮ ਆ ਇਸੇ ਤਰ੍ਹਾਂ ਜਿਵੇਂ ਕੱਲ੍ਹ 23 ਤਰੀਕ ਤੋਂ ਜਿਹੜੀਆਂ ਬੱਸਾਂ ਦੇ ਵਿੱਚ ਸਵਾਰੀ 52 ਸਵਾਰੀਆਂ ਇਹ ਚੜਾਈਆਂ ਜਾਣਗੀਆਂ ਪਣ ਬੱਸ ਦੇ PRTC ਪੰਜਾਬ ਰੋਡਵੇਜ਼ ਦੇ ਵਿੱਚ ਤਾਂ ਸਰਕਾਰ ਨੂੰ ਇੱਕ ਚੇਤਾਵਨੀ ਵੀ ਹੋਵੇਗੀ ਕਿ 26 ਤਰੀਕ ਨੂੰ ਜਿੱਥੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਆਪਣਾ ਝੰਡਾ ਲਹਿਰਾਉਣਗੇ ਉੱਥੇ ਪਣ ਬੱਸ ਦੇ PRTC ਦੇ ਮੁਲਾਜ਼ਮਾਂ ਵੱਲੋਂ ਕਾਲੇ ਚੋਲੇ ਪਾ ਕੇ ਉਹਦਾ ਵਿਰੋਧ ਕੀਤਾ ਜਾਊਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ 1 ਤਰੀਕ ਤੋਂ ਗੇਟ ਰੈਲੀਆਂ 7 ਤਰੀਕ ਨੂੰ ਇਸ ਤਰ੍ਹਾਂ ਐਜੀਟੇਸ਼ਨ ਆ ਔਰ ਉਸ ਤੋਂ ਬਾਅਦ 13-14-15 ਤਰੀਕ ਦੀ 3 ਦਿਨ ਦੀ ਜਿਹੜੀ ਉਹ ਹੜਤਾਲ ਕੀਤੀ ਜਾਵੇਗੀ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਪੰਜਾਬ ਰੋਡਵੇ ਪਣ ਬੱਸ PRTC ਕੰਟਰੈਕਟ ਵਰਕਰ ਯੂਨੀਅਨ ਡਿਪੂ ਮੁਕਤਸਰ ਸਾਹਿਬ ਵੱਲੋਂ ਸੂਬਾ ਆਗੂ ਹੈ ਅੱਜ ਦੀ ਗੇਟ ਰੈਲੀ ਕਰਨ ਦਾ ਮੁੱਖ ਕਾਰਨ ਇਹ ਹੈ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਪੱਕੇ ਕਰਨ ਦੀਆਂ ਮੰਗਾਂ ਹੋਰ ਸਾਡੀਆਂ ਬਹੁਤ ਸਾਰੀਆਂ ਟਰਾਂਸਪੋਰਟ ਵਿਭਾਗ ਦੀਆਂ ਮੰਗਾਂ ਜਿਹੜੀਆਂ ਉਹ ਲਗਾਤਾਰ ਆ ਜਿਹੜੀਆਂ ਲਮਕ ਰਹੀਆਂ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਸਰਕਾਰ ਵੱਲੋਂ ਜਿਹੜੀ ਅਸੀਂ ਬੜੇ ਚਾਵਾਂ ਉਤਸ਼ਾਹ ਨਾਲ ਬਣਾਈ ਸੀ ਕੋਈ ਸਾਰ ਆ ਜਿਹੜੀ ਉਹ ਨਹੀਂ ਲਈ ਜਾ ਰਹੀ ਇਸ ਦੇ ਵਿਰੋਧ 'ਚ ਅਸੀਂ ਗੇਟ ਰੈਲੀ ਕਰ ਰਹੇ ਹਾਂ 26 ਤਰੀਕ ਨੂੰ ਮੁੱਖ ਮੰਤਰੀ ਜਿੱਥੇ ਵੀ ਝੰਡਾ ਚੜਾਉਣਗੇ ਉੱਥੇ ਕਾਲੇ ਚੋਲੇ ਪਾ ਕੇ ਆਪਦਾ ਰੋਸ ਹੈ ਜਿਹੜਾ ਉਹ ਜ਼ਾਹਰ ਕਰਾਂਗੇ ਅਤੇ 12-13-14 ਫਰਵਰੀ ਦੀ ਜਿਹੜੀ ਆ ਹੜਤਾਲ ਕਰਾਂਗੇ ਅਸੀਂ ਜੇਕਰ ਸਾਡੀਆਂ ਮੰਗਾਂ 'ਤੇ ਸੁਣਵਾਈ ਨਹੀਂ ਹੁੰਦੀ ਅਤੇ ਆਉਣ ਵਾਲੇ ਕੱਲ੍ਹ ਤੋਂ ਲੈ ਕੇ ਅਸੀਂ ਇੱਕ ਸਾਡੇ 'ਤੇ ਕੇਂਦਰ ਸਰਕਾਰ ਨੇ ਮਾੜਾ ਕਾਨੂੰਨ ਆ ਸਾਡੇ ਡਰਾਈਵਰ ਭਰਾਵਾਂ 'ਤੇ ਲਾਗੂ ਕਰ ਦਿੱਤਾ ਗਿਆ ਅਤੇ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਸਾਹਿਬ ਨੇ ਵੀ ਵਾਰ ਵਾਰ ਬਿਆਨ ਦੇ ਕੇ ਕਿਹਾ ਕਿ ਓਵਰਲੋਡਿੰਗ ਜਿੰਨੀ ਵੀ ਟਰਾਂਸਪੋਰਟਾਂ ਚਾਹੇ ਉਹ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ ਉਹ ਜਿਹੜੇ ਰੂਲ ਰੈਗੂਲੇਸ਼ਨ ਨੂੰ ਭੰਗ ਕਰਕੇ ਓਵਰਲੋਡਿੰਗ ਕਰਦੇ ਆ ਉਹਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਆਪਦੇ ਟਰਾਂਸਪੋਰਟ ਮੰਤਰੀ ਸਾਹਿਬ ਦੀ ਗੱਲ ਮੰਨਦੇ ਹੋਏ ਅਸੀਂ ਕੱਲ੍ਹ ਤੋਂ ਫੈਸਲਾ ਕੀਤਾ ਕਿ ਪੰਜਾਬ ਰੋਡਵੇਜ਼ ਪਨ ਬੱਸ PRTC ਦੀਆਂ ਬੱਸਾਂ ਦੇ ਵਿੱਚ ਜਿਹੜੀਆਂ 52 ਸਵਾਰੀਆਂ ਦੀ ਲਿਮਿਟ ਹੈ 52 ਸੀਟਾਂ ਹੁੰਦੀਆਂ 52 ਸਵਾਰੀਆਂ ਚੜਾਈਆਂ ਜਾਣਗੀਆਂ ਜੇਕਰ ਅਸੀਂ ਇਸ ਗੱਲ ਦੇ ਨਾਲ ਨਾਲ ਪਬਲਿਕ ਤੋਂ ਵੀ ਮਾਫ਼ੀ ਮੰਗਦੇ ਹਾਂ ਕਿਉਂਕਿ ਸਾਡੀਆਂ ਸਾਥੀਆਂ ਨੇ ਭੈਣਾਂ ਭਰਾਵਾਂ ਨੇ ਦੂਰ ਦੁਰਾਡੇ ਜਾਣਾ ਹੁੰਦਾ ਜਦੋਂ ਬੱਸ ਦੇ ਵਿੱਚ ਸੀਟਾਂ ਹੀ 52 ਲਾਈਆਂ ਸਰਕਾਰ ਨੇ ਕਾਨੂੰਨ ਹੀ 52 ਦਾ ਬਣਾਇਆ ਉਹਨਾਂ ਨੂੰ ਅਸੀਂ ਨਾਲ ਨਾਲ ਤਕਲੀਫ਼ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਨਾਲ ਨਾਲ ਅਸੀਂ ਬੇਨਤੀ ਕਰਦੇ ਹਾਂ ਆਮ ਪਬਲਿਕ ਨੂੰ ਹੋਰ ਭਰਾਤਰੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਸਾਡੇ ਇਸ ਹੱਕ ਦੇ ਵਿੱਚ ਸਾਡਾ ਸਹਿਯੋਗ ਕਰਨ ਤਾਂ ਜੋ ਅਸੀਂ ਜਿਹੜਾ ਸਰਕਾਰ ਦਾ ਕਾਨੂੰਨ ਹੈ ਓਵਰਲੋਡਿੰਗ ਨੂੰ ਤੋੜ ਕੇ ਅਸੀਂ ਸੀਟਾਂ 'ਤੇ ਨਿਰਧਾਰਤ ਹੀ ਸਵਾਰੀਆਂ ਬਿਠਾਈਆਂ ਜਾਣ ਤਾਂ ਕਿ ਸਵਾਰੀਆਂ ਸੌਖੀਆਂ ਅਤੇ ਸੁਚੱਜੇ ਢੰਗ ਨਾਲ ਆਪਦੀ ਮੰਜ਼ਿਲ ਉੱਤੇ ਜਾ ਸਕਣ।